ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪੰਚਾਇਤੀ ਚੋਣਾਂ ਦੌਰਾਨ ਜੰਡਿਆਲਾ ਦੇ ਪਿੰਡ ਖਲਹਿਰਾ ਵਿਖੇ ਹੋਏ ਤੇਜਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। SSP ਦਿਹਾਤੀ ਪਰਮਪਾਲ ਸਿੰਘ ਨੇ ਦੱਸਿਆ ਕਿ ਆਰੋਪੀ ਜਸਮੀਰ ਸਿੰਘ, ਟੀਟੂ ਸਿੰਘ ਅਤੇ ਜਗੀਰ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮ੍ਰਿਤਕ ਹਰਜਿੰਦਰ ਸਿੰਘ ਜਸਮੀਰ ਸਿੰਘ ਦਾ ਜੀਜਾ ਸੀ ਅਤੇ ਜਸਮੀਰ ਸਿੰਘ ਨੇ ਆਪਣੀ ਪਤਨੀ ਖਿਲਾਫ਼ ਖੜ੍ਹੇ ਕੈਂਡੀਡੇਟ ਖਿਲਾਫ਼ ਸਾਜ਼ਿਸ਼ ਕਰਦਿਆਂ ਇਹ ਕਤਲ ਕੀਤਾ ਸੀ। ਪੱਤਰਕਾਰ ਸੰਮੇਲਨ ਦੌਰਾਨ SP ਹਰਪਾਲ ਸਿੰਘ, DSP GS ਚੀਮਾ ਵੀ ਮੌਜੂਦ ਸਨ। ਖਲਹਿਰੇ ਪਿੰਡ ਦੇ ਵਿੱਚ 29 ਤਰੀਕ ਨੂੰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਮਰਡਰ ਹੋਇਆ ਸੀ, ਜਿਹਦੇ ਨਾਲ ਥੋੜ੍ਹੀ ਜਿਹੀ ਸੈਂਸੇਸ਼ਨ ਕ੍ਰੀਏਟ ਹੋ ਗਈ ਸੀ, ਕਿਉਂਕਿ ਇਲੈਕਸ਼ਨਾਂ ਸੀ, ਸਰਪੰਚੀ ਦੇ ਅਗਲੇ ਦਿਨ, ਅਤੇ ਕਾਫੀ ਸੈਂਸੇਸ਼ਨਲ ਤਰੀਕੇ ਦੇ ਨਾਲ ਉਹ ਮਰਡਰ ਹੋਇਆ ਸੀ, ਜਿਹੜੀ ਕਿ ਪੁਲਿਸ ਨੇ ਬਹੁਤ ਸਾਇੰਟੀਫਿਕ ਇਨਵੈਸਟੀਗੇਸ਼ਨ ਦੇ ਨਾਲ ਅਤੇ ਆਪਣੇ ਐਕਸਪੀਰੀਅੰਸ ਨਾਲ ਸਾਰੇ CAA ਇੰਚਾਰਜ, ਸਾਡੇ SHO ਸਾਹਿਬਾਨ, SP ਸਾਹਿਬਾਨ ਸਾਰਿਆਂ ਨੇ ਮਿਲ ਕੇ, ਮੈਂ ਆਪ ਮੌਕੇ 'ਤੇ ਵੀ ਗਿਆ ਸੀ, ਹਾਲਾਤ ਕੁਛ ਐਸੇ ਸੀ ਮੌਕੇ 'ਤੇ ਜਿਨ੍ਹਾਂ ਨੂੰ ਦੇਖ ਕੇ ਆਪਣੇ ਆਪ ਹੀ ਸ਼ੱਕ ਜਿਹਾ ਕ੍ਰੀਏਟ ਹੁੰਦਾ ਸੀ, ਜਿਸ ਸ਼ੱਕ ਨੂੰ ਯਕੀਨ ਦੇ ਵਿੱਚ ਬਦਲਿਆ ਗਿਆ। ਸਾਰੇ ਸਬੂਤ ਇਕੱਠੇ ਕੀਤੇ ਗਏ, ਹਰ ਚੀਜ਼, ਹਰ ਪਹਿਲੂ ਨੂੰ ਉਹਨੂੰ ਵਾਚਿਆ ਗਿਆ, ਅਤੇ ਜਿਨ੍ਹਾਂ ਬੰਦਿਆਂ ਨੇ FIR, ਜਸਮੇਰ ਸਿੰਘ ਜਿਹੜੇ ਸਰਪੰਚ, 10 ਸਾਲ ਉਹ ਸਰਪੰਚ ਰਹੇ ਨੇ ਪਹਿਲਾਂ, ਅਤੇ ਹੁਣ 20 ਇਲੈਕਸ਼ਨ 'ਚ ਖੜ੍ਹੇ ਸੀ, ਜਿਹੜੀ ਵਾਈਫ ਇਲੈਕਸ਼ਨ 'ਚ ਖੜ੍ਹੀ ਸੀ, ਉਹਨੇ ਆਪ ਹੀ ਆਪਣੇ ਸਕੇ ਜੀਜੇ ਨੂੰ ਕਈ ਦੇ ਹੱਥਿਆਂ ਦੇ ਨਾਲ, ਜਗੀਰ ਸਿੰਘ ਅਤੇ ਟੀਟੂ ਨਾਲ ਰਲ ਕੇ ਮਾਰ ਦਿੱਤਾ, ਔਰ ਨਾਮ ਉਹਨਾਂ ਦਾ ਲਿਖਾਤਾ ਹਰਜਿੰਦਰ ਸਿੰਘ, ਕੁਲਦੀਪ ਸਿੰਘ ਅਤੇ ਇੱਕ ਹੋਰ 3 ਜਣਿਆਂ ਦਾ, ਜਿਹੜੇ ਹੋਰ ਦੂਜੇ ਪਾਸੇ ਇਲੈਕਸ਼ਨ 'ਤੇ ਖੜ੍ਹੇ ਸੀ, ਤਾਂ ਕਿ ਉਹ ਸਿੰਪਥੀ ਵੋਟ ਨਾਲ ਇਲੈਕਸ਼ਨ ਜਿੱਤ ਸਕਣ। ਜੀਜੇ ਦੇ ਨਾਲ ਆਪਣੇ ਨਾਲ ਉਹਦੀ ਪੁਰਾਣੀ ਸੰਨ 91 ਦੀ ਖੁੰਦਕ ਵੀ ਸਾਹਮਣੇ ਆਈ ਹੈ, ਜਿਹਦੇ ਵਿੱਚ ਇਹਨਾਂ ਦਾ ਭਰਾ ਜਿਹੜਾ ਐਕਸ ਖੜਕੂ ਸੀ, ਉਹਨੇ ਸੋਨਾ ਸਿੰਘ ਉਹਦਾ ਨਾਂ ਸੀ 91 ਦੇ ਵਿੱਚ, ਉਹਨੂੰ ਇਹ ਹੈ ਵੀ ਮੇਰੇ ਜੀਜੇ ਨੇ ਉਹਨੂੰ ਫੜਵਾਤਾ ਸੀ ਟ੍ਰੇਨ ਦੇ ਵਿੱਚੋਂ। ਇਹ ਵੀ ਵਜ੍ਹਾ ਰੰਜਿਸ਼ ਹੈ, ਮਾਰਨ ਦਾ ਰੀਜ਼ਨ ਹੁਣ ਇਹ ਬਣਿਆ ਵੀ ਉਦੋਂ ਦੀ ਰੰਜਿਸ਼ ਵੀ ਨਿਕਲ ਜਾਏਗੀ ਅਤੇ ਨਾਲੇ ਲੋਕਾਂ ਦੀ ਸਿੰਪਥੀ ਮਿਲ ਜਾਏਗੀ, ਅਤੇ ਜਿਨ੍ਹਾਂ ਦੇ ਦੂਜੇ ਪਾਸੇ ਖੜ੍ਹੇ ਨੇ ਉਹਨਾਂ ਨੂੰ ਅੰਦਰ ਦਬਾ ਦਾਂਗੇ ਅਤੇ ਆਪਾਂ ਇਲੈਕਸ਼ਨ ਜਿੱਤ ਜਾਵਾਂਗੇ। ਪਰ ਇਹ ਗੱਲ 'ਚ ਸਫਲ ਨਹੀਂ ਹੋ ਸਕੇ, ਪੁਲਿਸ ਨੇ ਬੜੀ ਮਿਹਨਤ ਦੇ ਨਾਲ ਇਸ ਕੇਸ ਨੂੰ ਸੋਲਵ ਕੀਤਾ, ਸਰਪੰਚ ਨੂੰ, ਜਗੀਰ ਸਿੰਘ ਜਿਹੜਾ ਉਹਦੇ ਕੋਲ ਹੀ 9 ਸਾਲਾਂ ਤੋਂ ਕੰਮ ਕਰ ਰਿਹਾ, ਅਤੇ ਟੀਟੂ ਸਿੰਘ, ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ।